ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ TRC ਘੁੜਾਣੀ, ਮੈਂ ਜਗਤਾਰ ਤੁਹਾਡਾ ਜਗਤਾਰ ਘੁੜਾਣੀ। ਤਾਂ ਅੱਜ ਪਿੰਡ ਘੁੜਾਣੀ ਕਲਾਂ ਵਿਖੇ ਜਿਹੜੇ ਸਰਕਾਰ ਵੱਲੋਂ ਚਲਾਈ ਗਈ ਹਰਿਆਲੀ ਦੀ ਮੁਹਿੰਮ ਆ, ਉਹ ਘੁੜਾਣੀ ਕਲਾਂ ਵਿਖੇ ਬੂਟੇ ਲਗਾਏ ਗਏ ਨੇ। ਘੁੜਾਣੀ ਕਲਾਂ ਜਿਹੜਾ ਵੱਡਾ ਢਾਬ ਆ, ਟੋਭਾ ਜਿਹਨੂੰ ਕਿਹਾ ਜਾਂਦਾ, ਅਤੇ ਉੱਥੇ ਬੂਟੇ ਲਗਾਏ ਗਏ ਨੇ। ਨਰੇਗਾ ਸਕੀਮ ਦੇ ਵਿੱਚ ਇਹਨਾਂ ਦੇ ਜਿਹੜੀ ਲਗਾਏ ਗਏ ਨੇ, ਕਿਉਂਕਿ ਇੱਥੇ ਬਹੁਤ ਜਿਹੜੇ ਬੂਟੇ ਨੇ, ਤਕਰੀਬਨ ਵੀ ਮੈਂ ਪੁੱਛਦੇ ਆਪਾਂ ਬੂਟੇ ਕਿੰਨੇ ਆਏ ਨੇ ਪਿੰਡ ਨੂੰ, ਅਤੇ ਕਿੰਨੇ ਬੂਟੇ ਲਗਾਏ ਗਏ ਨੇ? 1000 ਬੂਟਾ ਆ। ਹਾਂਜੀ ਹਾਂਜੀ ਸਰ। ਅਤੇ ਹੁਣ ਤੱਕ ਕਿੰਨੇ ਬੂਟੇ ਲੱਗੇ? ਹੁਣ ਤੱਕ ਤਾਂ 600-700 ਬੂਟਾ ਲੱਗ ਗਿਆ ਜੀ। ਕਿੱਥੇ ਕਿੱਥੇ ਲੱਗੇ ਨੇ ਆਪਣੇ ਪਿੰਡ 'ਚ? ਇਹ ਸਾਰਾ ਆਪਣੇ ਮੜੀਆਂ ਸ਼ਮਸ਼ਾਨ ਘਾਟ ਅਤੇ ਆਪਣੇ ਗਰਾਊਂਡ 'ਚ ਅਤੇ ਆਪਣੇ ਢਾਬ 'ਤੇ ਜੀ। ਅਤੇ ਕੁਛ ਜਿਹੜੇ ਪਿੰਡ ਨੂੰ ਰਾਹ ਆਉਂਦੇ ਨੇ ਉਹਨਾਂ 'ਤੇ ਵੀ ਕੋਈ ਹੈਗੀ ਆ ਸਕੀਮ ਲਾਉਣ ਦੀ? ਨਹੀਂ ਸਰ, ਫਿਲਹਾਲ ਤਾਂ ਜੇ ਕੋਈ ਔਡਰ ਆਇਆ ਨਹੀਂ, ਪਰ ਲਾਵਾਂਗੇ ਜ਼ਰੂਰ ਸਰ। ਜਿਹੜੇ 300 ਬੂਟਾ ਆਪਾਂ ਰਸਤਿਆਂ 'ਚ ਵੀ ਲਗਾਵਾਂਗੇ। ਠੀਕ ਆ। ਜਿਹੜੇ ਇਹ ਬੂਟੇ ਆਏ ਨੇ, ਯਾਨੀ ਕਿ ਆਪਾਂ ਨੂੰ ਸਾਰੇ 1000 ਇਕੱਠਾ ਹੀ ਬੂਟਾ ਆਇਆ ਕਿ ਤੁਹਾਨੂੰ ਅਲੱਗ ਅਲੱਗ? ਨਹੀਂ ਸਰ, 501 ਆਇਆ, 501 ਆਇਆ ਜੀ। ਹਾਂਜੀ, ਠੀਕ ਆ। ਯਾਨੀ ਕਿ 1000 ਬੂਟਾ ਲਾਉਣ ਦੀ ਆਪਾਂ ਨੂੰ ਉਹ ਆ। ਹਾਂਜੀ ਹਾਂਜੀ। ਤੁਸੀਂ ਦਿਹਾੜੀ 'ਚ ਕਿੰਨੇ ਬੂਟੇ ਲਾਉਂਦੇ ਹੋ? ਸਰ 350-400 ਬੂਟਾ ਲੱਗ ਜਾਂਦਾ ਜੀ। ਫਿਲਹਾਲ ਸਰ ਮੌਸਮ ਖਰਾਬ ਸੀ ਤਾਂ ਕਰਕੇ ਥੋੜ੍ਹਾ ਲੋਸ ਹੋ ਗਿਆ। ਠੀਕ ਆ। ਹਾਂਜੀ ਹਾਂਜੀ। ਨਹੀਂ ਤਾਂ ਸਰ 2 ਦਿਨ ਹੋਰ ਕੋਈ ਬੀਬੀਆਂ ਦੀ ਤਾਂ ਨਹੀਂ, ਨਰੇਗੇ ਵਾਲਿਆਂ ਦੀ ਮੰਗ ਕੋਈ? ਨਹੀਂ ਸਰ, ਬਾਕੀ ਬੀਬੀਆਂ ਨੂੰ ਫਿਲਹਾਲ ਪੁੱਛ ਲਓ। ਮੰਗ ਆ ਤੁਹਾਡੀ ਸਰਕਾਰ ਤੋਂ, ਕੀ ਮੰਗ ਆ? ਸਰਕਾਰ ਤੋਂ ਸਾਨੂੰ ਇੱਕ ਤਾਂ ਦਿਹਾੜੀ ਵਧਣੀ ਚਾਹੀਦੀ ਹੈ। ਠੀਕ ਆ। ਇੱਕ ਸਾਡਾ ਕੰਮ ਘਟਣਾ ਨਹੀਂ ਚਾਹੀਦਾ, ਵੱਧ ਤੋਂ ਵੱਧ ਮਿਲਣਾ ਚਾਹੀਦਾ। ਕੰਮ ਬਹੁਤ ਘੱਟ ਆਉਂਦੇ ਇੰਨੇ ਨੇ, ਦਿਹਾੜੀ ਵਧਣੀ ਚਾਹੀਦੀ ਆ, ਬਹੁਤ ਕੰਮ ਘੱਟ ਮਿਲਦਾ। ਬਾਈ ਜੀ, ਇਹਨਾਂ ਦੀ ਜ਼ਰੂਰੀ ਮੰਗ ਆ, ਹੈ ਨਾ? ਇੰਨੀ ਧੁੱਪ 'ਚ ਦੇਖੋ ਤੁਸੀਂ, ਦਿਹਾੜੀ ਤਾਂ ਇਹਨਾਂ ਦੀ ਉਹੀ ਚੱਲਦੀ ਆ, ਹੈ ਨਾ? ਸਾਰੀਆਂ ਨਰੇਗੇ ਵਾਲੀਆਂ ਬੀਬੀਆਂ ਖੜੀਆਂ ਨੇ ਸਾਡੀਆਂ, ਕਿਉਂਕਿ ਦਿਹਾੜੀ ਵੀ ਵਧਣੀ ਚਾਹੀਦੀ ਆ, ਇਹਨਾਂ ਨੂੰ ਕੰਮ ਜਿਹੜਾ ਕਹਿੰਦੇ ਨੇ ਕੰਟੀਨਿਊਜ਼ ਮਿਲਣਾ ਚਾਹੀਦਾ। ਇੱਕ ਇਹਨਾਂ ਦਾ ਖਾਸ ਕਰਕੇ ਜਿਹੜਾ ਬੀਮੇ ਨੇ ਜਾਂ ਕੋਈ ਹੋਰ ਡਾਕਟਰੀ ਸਹੂਲਤਾਂ, ਹੁਣ ਆਪਾਂ ਦੇਖਦੇ ਹਾਂ ਲਹਿੜ ਮਰ ਗਈਆਂ ਬੀਬੀਆਂ 2-3, ਉਹਨਾਂ 'ਤੇ ਗੱਡੀ ਚੜ੍ਹ ਗਈ ਉੱਤੇ, ਉਹਨਾਂ ਦਾ ਕੁਛ ਨਹੀਂ ਬਣਿਆ, ਮੈਂ ਪਰਿਵਾਰਾਂ ਨੂੰ ਮਿਲਿਆ। ਉਸ ਤੋਂ ਬਾਅਦ 10 ਬੀਬੀਆਂ ਦੀ ਜਿਹੜੀਆਂ ਨਾਭੇ ਕੋਲ ਸੀਗੀ, ਉੱਥੇ ਪਿੰਡ 'ਚ ਹੈ ਨਾ ਐਕਸੀਡੈਂਟ ਹੋ ਗਿਆ, ਉਹਨਾਂ ਦਾ ਕੁਛ ਨਹੀਂ ਬਣਿਆ, ਕਿਉਂਕਿ ਨਰੇਗੇ ਵਾਲੇ ਇਹ ਨਹੀਂ ਗਿਆ ਵੀ ਇਕੱਲੀ ਇਕੱਲੀਆਂ ਇਹੀ ਨੇ, ਇਹਨਾਂ ਦਾ ਨਹੀਂ ਬਣਿਆ ਕੁਛ। ਇਹਨਾਂ ਦਾ ਬਿਲਕੁਲ, ਇਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਇਹ ਵੀ ਹੈ ਨਾ, ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਨਾ। ਸੱਟ ਪੇਟ ਕਿਤੇ ਵੀ ਲੱਗਦੀ ਹੈ, ਸਾਡੇ ਕੋਈ ਸਾਡਾ ਜ਼ਿੰਮੇਵਾਰ ਬਣਦਾ ਨਹੀਂ। ਤੁਹਾਡੇ ਕੋਲ ਡਾਕਟਰੀ ਕਿੱਟ ਹੈਗੀ ਆ? ਨਹੀਂ, ਕੁਛ ਨਹੀਂ ਹੈਗਾ। ਸਾਨੂੰ ਤਾਂ ਕਹਿੰਦੇ ਨੇ ਆਪਦੇ ਆਪ ਕੰਮ ਦਾ ਉਹ ਦੇਖੋ। ਠੀਕ ਹੈ, ਚਲੋ ਕੋਈ ਨਹੀਂ, ਤੁਹਾਡੀ ਗੱਲ ਕਰਦੇ। ਠੀਕ, ਸਾਡੀ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ। ਬਾਈ ਜੀ, ਇਹ ਬੂਟੇ ਨਾ ਹੁਣ ਲੱਗ ਰਹੇ ਨੇ ਤਕਰੀਬਨ ਵੀ, ਹੈ ਨਾ, ਵਧੀਆ ਤਰੀਕੇ ਨਾਲ ਬੂਟੇ, ਹੁਣ ਇਹਨਾਂ ਦੀ ਸਾਂਭ ਸੰਭਾਲ ਪਾਲੀ ਦੀ, ਹੈ ਨਾ, ਪਾਲੀ ਦਾ, ਅਤੇ ਇਹ ਇਹ ਹੁਣ ਟੋਭਾ ਇਹ ਬਹੁਤ ਵੱਡਾ ਇੱਥੇ, ਨਾ ਇਹ ਆਲੇ ਦੁਆਲੇ ਟੋਭੇ ਦੇ ਲੱਗਣੇ ਨੇ ਬੂਟੇ ਸਾਰੇ, ਕਿਉਂਕਿ ਜਿੰਨਾ ਇੱਥੇ ਨਜ਼ਦੀਕ ਹੈ ਚੋਲਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਨਾ, ਉਸ ਰਸਤੇ ਦੇ ਨਾਲ ਇਹ ਸਾਰੀ ਹਰਿਆਲੀ ਵਾਲਾ ਕੰਮ ਚੱਲਦਾ, ਹੈ ਨਾ। ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ DGP ਪੰਜਾਬ ਪੁਲਿਸ ਗੌਰਵ ਯਾਦਵ ਜੀ ਅਤੇ ਪੰਜਾਬ ਦੀ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਇਹ ਜਿਹੜਾ ਪੰਜਾਬ ਹੈ, ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ। ਜਿੰਨੇ ਵੀ ਸਾਡੇ ਪ੍ਰਦੂਸ਼ਣ ਦੇ ਅੰਦਰ, ਆਵਾਜਾਈ ਦੇ ਅੰਦਰ ਪ੍ਰਦੂਸ਼ਣ ਹੋ ਰਿਹਾ ਘੋਰ, ਇਸ ਕਰਕੇ ਅਸੀਂ ਜਿਹੜੀ ਪ੍ਰਦੂਸ਼ਣ ਰਹਿਤ ਹਵਾ ਸਾਫ਼ ਦੇਣ ਵਾਸਤੇ ਜਿਹੜੀ ਆਕਸੀਜਨ ਆਪਣੀਆਂ ਘੱਟ ਰਹੀਆਂ ਨੇ, ਉਹਦੇ ਕਰਕੇ ਅਸੀਂ ਇੱਥੇ ਬੂਟੇ ਲਾ ਰਹੇ ਹਾਂ। SDM ਸਾਹਿਬ ਦਾ ਅਤੇ ਸਾਡੇ DC ਸਾਹਿਬ ਦਾ, ਜਿੰਨੇ ਵੀ ਪ੍ਰਸ਼ਾਸਨ ਅਧਿਕਾਰੀ ਹੈ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਸਾਡੀ ਫਿਜ਼ੀਕਲ ਵੈਲਫੇਅਰ ਸਟੈਟੀ ਪਹਿਲ ਹਲਕੇ ਤੋਂ, ਮੈਂ ਪ੍ਰੈਜੀਡੈਂਟ ਗੱਲ ਕਰਿਆ ਜੀ, ਸਾਡੀ ਟੀਮ ਵੱਲੋਂ ਅੱਜ ਇੱਥੇ ਅਸੀਂ ਬੂਟੇ ਲਾਏ ਗਏ ਨੇ। ਸਾਡੀ ਮਰੇਗਾ ਜੀ ਸੁਖਪਾਲ ਕੌਰ ਇੰਚਾਰਜ ਨੇ, ਇੱਥੇ ਵੀ ਖੜ੍ਹੇ ਨੇ। ਬਾਕੀ ਤੁਹਾਡੇ TRC ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੀ ਦੂਰ ਤੱਕ ਗੱਲ ਪਹੁੰਚਾਉਣੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਈ ਜੀ, ਕੋਈ ਹੋਰ ਇਹਨਾਂ ਦੀਆਂ ਬੀਬੀਆਂ ਦੀ ਤੁਹਾਡੇ ਕੋਲ ਨੇ, ਕਈ ਵਾਰ ਮੀਡੀਆ 'ਚ ਨਹੀਂ ਗੱਲ ਕਰ ਸਕਦੀਆਂ, ਕੋਈ ਪ੍ਰੋਬਲਮ ਦੱਸਿਆ ਇਹਨਾਂ ਨੇ ਤੁਹਾਨੂੰ ਕੋਈ, ਮਤਲਬ
ਦੇਖੋ ਜੀ, ਪ੍ਰੋਬਲਮ ਇਹਨਾਂ ਦੀ ਇਹ ਹੈ, ਮੇਨ ਮੇਰੇ ਕੋਲ ਮੈਸੇਜ ਪਹਿਲਾਂ ਵੀ ਆਇਆ ਸੀ, ਇੱਕ ਤਾਂ ਇਹਨਾਂ ਦੇ ਕੈਂਫਰ ਨੇ 20 ਲੀਟਰ ਦਾ, ਅੱਛਾ, ਦੋ ਇਹ ਇਹਨਾਂ ਨੂੰ ਭੇਜੇ ਜਾਣਗੇ ਦਿਨ ਬੁੱਧਵਾਰ ਨੂੰ, ਅੱਛਾ, ਅਤੇ ਇੱਕ ਇਹਨਾਂ ਦੀ ਮੈਡੀਕਲ ਜਿਹੜੀ ਸਹੂਲਤਾਂ, ਮੈਂ SMO ਸਾਹਿਬ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਜ਼ਰੀਏ, ਜਿਹੜੀ ਮੈਡੀਕਲ ਸਹੂਲਤ ਆ ਇਹਨਾਂ ਨੂੰ ਮਤਲਬ ਬਹੁਤ ਜ਼ਰੂਰੀ ਹੈ, ਇਹਨਾਂ ਨੂੰ ਹੋਣੀ ਚਾਹੀਦੀ ਹੈ। ਬਾਕੀ ਗੱਲ ਰਹੀ ਮੇਟ ਦੀ, ਜਿਹੜੇ ਵੀ ਇਲਾਕੇ ਅੰਦਰ ਮੇਟ ਨੇ ਰਿਸਪੈਕਟਫੁੱਲੀ ਨੇ ਆਪਣਾ ਪਹਿਲ ਹਲਕੇ ਦੇ ਅੰਦਰ, ਵੀ ਜਿਹੜੀ ਇਹਨੇ ਦਿਹਾੜੀ ਹੈ ਜਿਹੜੀ 300 ਕੁਛ ਮਤਲਬ ਵਰਕਰਾਂ ਦੇ ਤੌਰ ਤੇ, ਇਹਨਾਂ ਨੂੰ ਤਕਰੀਬਨ ਘੱਟ ਤੋਂ ਘੱਟ 500 ਹੋਣਾ ਚਾਹੀਦਾ। ਜਿਹੜੀ ਮਨਰੇਗਾ ਦੀ ਦਿਹਾੜੀ ਹੈ ਇਹ ਘੱਟ ਤੋਂ ਘੱਟ ਇਹਨਾਂ ਨੂੰ 400 ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਅੱਜ ਕੱਲ੍ਹ ਜਿਹੜਾ ਹੈਗਾ ਦੌਰ ਬੜਾ ਮਹਿੰਗਾਈ ਦੇ ਵਿੱਚ ਹੋ ਗਿਆ, ਵੀ ਆਹ ਜਿਹੜੇ ਪਿੰਡਾਂ ਦੇ ਅੰਦਰ 50-50 ਸਾਲ ਦੇ 60-60 ਸਾਲ ਦੇ ਪਾਣੀ ਖੜ੍ਹੇ ਨੇ, ਅਖੀਰਕਾਰ ਜਿਹੜੇ ਅਫਸਰ ਸਾਈ ਨੂੰ ਆਪਣੇ ਕਿੱਤੇ ਜਾਵੇ ਵੀ ਤੁਸੀਂ ਹੱਥ ਮਾਰ ਕੇ ਦੇਖੋ, ਉਹ ਵੀ ਕੰਨਾ ਕਰਤਾਉਂਦੇ ਨੇ ਇਹ ਵਿਚਾਰੀ ਬੀਬੀਆਂ। ਡਾਕਟਰ ਸਾਹਿਬ ਇੱਕ ਮੈਂ ਤੁਹਾਡੀ ਗੱਲ ਵਿੱਚ ਰੋਕਦਾ, ਮੈਂ ਕਈ ਜਗ੍ਹਾ ਇਹੋ ਜਿਹੀ ਜਗ੍ਹਾ ਦੇਖਦਾ ਜਾ ਕੇ ਜਿੱਥੇ ਬੀਬੀਆਂ ਸਫਾਈ ਵਾਲੀਆਂ ਰੱਖੀਆਂ ਨੇ, ਠੀਕ ਹੈ, ਇਹਨਾਂ ਨੂੰ ਦਿਹਾੜੀ ਦਿੰਦੇ ਨਾ, ਕੰਮ ਦਿੰਦਾ ਸਰਕਾਰੀ, ਇਹ ਜਿਹੜਾ ਸੈਂਟਰ ਦਾ ਕੰਮ ਇਹ ਤਾਂ ਸਾਨੂੰ ਪਤਾ ਵੀ ਸਰਕਾਰੀ ਕੰਮ ਆ ਨਾ, ਪਰ ਇਹੋ ਜਿਹੀ ਜਗ੍ਹਾ 'ਤੇ ਵੀ ਲਾ ਆਉਂਦੇ ਨੇ ਜਿੱਥੇ ਨਹੀਂ ਬੀਬੀਆਂ ਦਾ ਕੰਮ ਕਰਨ ਵਾਲਾ। ਦੇਖੋ ਜੀ, ਆਹ ਮੈਂ DC ਸਾਹਿਬ ਨੂੰ ਬਕਾਇਦਾ ਬੇਨਤੀ ਕਰਾਂਗਾ, SDM ਸਾਡੇ ਮੈਜਿਸਟਰੇਟ ਸਾਹਿਬ ਨੂੰ, ਵੀ ਜਿਹੜਾ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਸੈਕਟਰੀ ਸਾਹਿਬ BDO ਦੇ ਮੁਤਾਬਕ ਵੀ ਇਹਨਾਂ ਨੂੰ ਜਿਹੜਾ ਧੱਕਾਸ਼ਾਹੀ ਹੈ ਮਨਰੇਗਾ ਵਰਕਰਾਂ ਨਾਲ ਇਹ ਨਾ ਕੀਤੀ ਜਾਵੇ। ਜਿਹੜੀ 70 ਸਾਲ ਦੇ ਅੰਦਰ ਭ੍ਰਿਸ਼ਟਾਚਾਰ ਲੋਕਾਂ ਨੇ, ਲੀਡਰ ਸਾਹਿਬਾਨਾਂ ਨੇ ਸਾਡੇ ਨਾਲ ਕੀਤਾ, ਅਕਾਲੀ ਔਰ ਕਾਂਗਰਸੀ ਨੇ, ਇਸ ਕਰਕੇ ਜਿਹੜੇ ਮਨਮਰਜ਼ੀਆਂ ਇਹ ਕਰਦੇ ਸੀ ਆਪਣੀ, ਉਹ ਅਸੀਂ ਹੁਣ ਸਾਡੀ ਸਰਕਾਰ ਦੇ ਅੰਦਰ ਆਮ ਪਾਰਟੀ ਦੇ ਅੰਦਰ ਅਸੀਂ ਨਹੀਂ ਚੱਲ ਦੇਣੀਆਂ। ਜਿਵੇਂ ਸਾਡੀ ਇੱਕ ਮੇਰੇ ਕੋਲ ਸੂਚਨਾ ਆਈ ਹੈ ਵੀ ਟੋਭੇ ਦੇ ਅੰਦਰ ਜਿਹੜੇ ਬਾਥਰੂਮ ਲੈਟਰੀਨ ਬਣੇ ਹੋਏ ਨੇ ਇਹਨਾਂ ਜਿੰਦੇ ਲਾਏ ਗਏ, ਕਿਉਂਕਿ ਮੈਂ ਇਹ 1.5 ਕਰੋੜ ਦੀ ਜਿਹੜੀ ਗਰਾਂਟਾਂ ਸੀ, ਤਕਰੀਬਨ 1.5 ਸਾਲ ਹੋ ਗਏ ਮੈਨੂੰ ਇਨਕੁਆਇਰੀ ਕਰਾਉਂਦੇ ਨੂੰ, ਜਿਹੜੇ ਇੱਥੇ ਦੇ ਲੀਡਰਸ਼ਿਪ ਹੈ ਉਹ ਇਨਕੁਆਇਰੀ ਹੋਣਾ ਨਹੀਂ ਚਾਹੁੰਦੀ, ਕਿਉਂਕਿ ਉਹ ਭ੍ਰਿਸ਼ਟਾਚਾਰ ਨੇ। ਕਿਉਂਕਿ ਮੈਂ ਚਾਹੁੰਦਾ CM ਸਾਹਿਬ ਨੂੰ ਅਤੇ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਆਹ ਜਿਹੜਾ ਟੋਭਾ ਸਾਡਾ ਇੱਥੇ ਸਾਰਾ ਕੁਛ ਪਿਆ, ਇੱਥੇ ਸਾਰੇ ਹੀਰੇ ਮੋਤੀ ਨੇ, ਜੇ ਇਹ ਇੱਕ ਵਾਰੀ ਹੱਲ ਹੋ ਗਿਆ ਸਾਡੇ ਪਿੰਡ ਦਾ, ਪਹਿਲ ਦੇ ਆਧਾਰ 'ਤੇ ਸੁਧਾਰ ਹੋਊਗਾ।